ਬਲਾਤਕਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਚੁੱਕੇ ਅਕਾਲੀ ਆਗੂ ਸੁੱਚਾ ਸਿੰਘ ਲੰਗਾਹ ਨੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਲਲਕਾਰਦਿਆਂ ਸਵਾਲ ਕੀਤਾ ਕਿ ਉਹਨਾਂ ਦੇ ਘਰ ਵਿੱਚ ਬਣੀ ਵੀਡੀਓ ਕਦੋਂ ਰਿਲੀਜ਼ ਕੀਤੀ ਜਾਵੇਗੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁੱਚਾ ਸਿੰਘ ਲੰਗਾਹ ਨੇ ਕਿਹਾ ਕਿ ਸੁਖਜਿੰਦਰ ਰੰਧਾਵਾ ਵਾਰ ਵਾਰ ਮੇਰੀ ਵੀਡੀਓ ਦੀ ਗੱਲ ਕਰਦੇ ਨੇ, ਪਰ ਆਪਣੇ ਘਰ ਬਣੀ ਵੀਡੀਓ ਕਦੋਂ ਰਿਲੀਜ਼ ਕਰਨਗੇ, ਜਿਸ ਨੂੰ ਲੈ ਕੇ ਉਹਨਾਂ ਨੇ ਆਪਣੇ ਸੁਰੱਖਿਆ ਮੁਲਾਜ਼ਮ ਨੂੰ ਬਰਖਾਸਤ ਕਰਵਾ ਦਿੱਤਾ ਸੀ। ਲੰਗਾਹ ਨੇ ਕਿਹਾ ਕਿ ਉਹਨਾਂ ਵੱਲੋਂ ਸੱਦੀ ਚੋਣ ਮੀਟਿੰਗ ਵਿੱਚ ਵੱਡੀ ਗਿਣਤੀ ਵਿੱਚ ਲੋਕ ਪੁੱਜੇ ਕਿਉਂਕਿ ਹਲਕਾ ਵਿਧਾਇਕ ਦੀ ਧੱਕੇਸ਼ਾਹੀ ਤੋਂ ਲੋਕ ਤੰਗ ਆ ਚੁੱਕੇ ਨੇ। ਮੈਂ ਉਹ ਕਹਿਣਾ ਚਾਹੁੰਦਾ ਵਾਂ ਕਿ ਵਾਰ ਵਾਰ ਇਹ ਮੇਰੀ ਵੀਡੀਓ ਦੀ ਗੱਲ ਕਰਦਾ ਵਾ, ਇਹ ਸੁੱਖੀ ਰੰਧਾਵਾ ਜਿਹੜਾ ਇਸ ਹਲਕੇ ਦਾ ਮਿਨਿਸਟਰ ਹੈ, ਇਹਦੇ ਘਰ ਵੀ ਇੱਕ 98 ਦੇ ਵਿੱਚ ਵੀਡੀਓ ਬਣੀ ਸੀ। ਉਹਦੇ ਵਿੱਚ ਗਨਮੈਨ ਦੀ ਜਿਹੜਾ ਹਥਿਆਰ ਆ ਉਹ ਵੀ ਇਹਨਾਂ ਦੇ ਕੋਲ ਹੈ ਜੇ, ਉਹਦੇ 'ਤੇ ਪਰਚਾ ਕਰਾ ਦਿੱਤਾ, ਉਹ ਵਿਚਾਰਾ ਡਿਸਮਿਸ ਹੋ ਗਿਆ, ਭੁੱਖ ਦੇ ਧੱਕੇ ਖਾਂਦਾ ਫਿਰਦਾ ਵਾ। ਅਤੇ ਮੈਂ ਸਮਝਣਾ ਵੀਡੀਓ ਜਿਹੜੀ ਆ ਰਿਲੀਜ਼ ਕਰਨ ਦਾ ਬੜਾ ਮਾਹਰ ਆ, ਅਤੇ ਉਹ ਰਿਲੀਜ਼ ਕਦੋਂ ਕਰੇਗਾ? ਜਾਂ ਕੈਪਟਨ ਸਾਹਿਬ ਤੁਸੀਂ ਕਰਵਾ ਦਿਓ, ਅਤੇ ਜੇ ਨਹੀਂ ਤਾਂ ਫਿਰ ਅਸੀਂ ਬਾਈ ਚਾ ਕੇ ਅਸੀਂ ਕਰਵਾਵਾਂਗੇ। ਇਹ ਤਾਂ 2 ਸਾਲ ਨੇ, ਅਤੇ 2 ਸਾਲਾਂ 'ਚ ਜੇ ਮੈਂ ਮਰ ਗਿਆ ਤਾਂ ਤੈਨੂੰ ਜੇਲ੍ਹ 'ਚ ਪੁੱਤ ਖੜਾਂਗਾ, ਅਤੇ ਜੇ ਜਿੰਦਾ ਰਿਹਾ ਤਾਂ ਤੇਰੀ ਹਿੱਕ 'ਤੇ ਬਵਾਂਗਾ। ਗੁਰਦਾਸਪੁਰ ਤੋਂ ਭੋਪਾਲ ਸਿੰਘ ਦੀ ਰਿਪੋਰਟ।